ਮੈਂ ਕਿਹਾ ਜਿੰਨੀ ਮਰਜ਼ੀ ਹੌਟ ਹੋਵੇ ਪਰ ਸਾਰਿਆਂ ਨੂੰ ਠੰਡੇ ਕਰਕੇ ਤੋਰਾਂਗੇ। ਦੇਖੋ ਚਲੋ ਜੋ ਬੀਜੇਪੀ ਨੇ ਬੀਜਿਆ ਪਿਛਲੇ ਸਮੇਂ 'ਚ ਉਹ ਬੀਜੇਪੀ ਵੱਢ ਰਹੀ ਹੈ। ਸੈਂਕੜੇ ਕਿਸਾਨਾਂ ਦੀ ਮੌਤ ਜਿਹੜੀ ਹੈ ਪਿਛਲੇ ਸਮੇਂ 'ਚ ਕਿਸਾਨ ਸੰਘਰਸ਼ ਦੌਰਾਨ ਹੋਈ ਅਤੇ ਬੀਜੇਪੀ ਵਾਅਦੇ ਕਰਕੇ ਮੁੱਕਰ ਗਈ। ਜਿਹੜੇ ਪਰਿਵਾਰਕ ਅਲੱਗ ਹੈ, ਸਿਆਸੀ ਜਿਹੜੀ ਉਹ ਅਲੱਗ ਹੈ, ਬਟ ਢੀਂਡਸਾ ਸਾਹਿਬ ਸ਼ਰੀਫ ਆਦਮੀ ਹੈ ਤਾਂ ਹੈ ਹੀ ਹੈ ਵੀ ਭਾਈ ਜਿਹੜੀ ਜਾਤੀ ਉਹਨਾਂ ਦੇ ਨਾਲ ਬਾਦਲ ਪਰਿਵਾਰ ਨੇ ਜਿਹੜੀ ਬਹੁਤ ਵੱਡੀ ਕੀਤੀ ਹੈ। ਇਹਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਆਪਦੀ ਕ੍ਰੈਡੀਬਿਲਟੀ ਉਹ ਲੂਜ਼ ਕੀਤੀ ਹੈ। ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਬੰਦਾ ਜਿਹੜਾ ਅੱਜ ਤੋਂ ਬਾਅਦ ਸੁਖਬੀਰ ਸਿੰਘ ਬਾਦਲ 'ਤੇ ਜਿਹੜਾ ਯਕੀਨ ਹੈ ਉਹ ਕਰੂਗਾ। ਦੇਖੋ ਜੀ, ਅੱਜ ਪਰਮਾਤਮਾ ਦਾ ਉਹ ਫੈਸਲਾ ਲੈ ਕੇ ਅਸੀਂ ਸਾਡਾ ਸਾਰਾ ਪਰਿਵਾਰ ਵਿੱਚੇ ਸਾਡੇ ਮੇਰੇ ਵੱਡੇ ਭਰਾ ਅਮਨ ਜੀ, ਨਰਿੰਦਰ, ਮੇਰੀ ਛੋਟੀ ਭੈਣ ਗੋਇਲ ਸਾਹਿਬ, ਲਾਭ ਸਿੰਘ ਉਗੋਕੇ ਜੀ, ਜਮੀਲ ਰਹਿਮਾਨ ਜੀ ਅਤੇ ਮੇਰੇ ਪੰਡੋਰੀ ਸਾਹਿਬ ਅਤੇ ਸਾਰਾ ਮੇਰਾ ਜਿਹੜਾ ਪਰਿਵਾਰ ਹੈ, ਅਸੀਂ ਸਾਰੇ ਅੱਜ ਪਹਿਲਾਂ ਨਾਨਕਿਆਣਾ ਸਾਹਿਬ ਮੱਥਾ ਟੇਕਿਆ, ਫਿਰ ਕਾਲੀ ਮਾਤਾ ਜੀ ਮੱਥਾ ਟੇਕਿਆ, ਫਿਰ ਵਾਲਮੀਕਿ ਮੰਦਰ ਮੱਥਾ ਟੇਕਿਆ ਅਤੇ ਪਰਮਾਤਮਾ ਦਾ ਓਟ ਆਸਰਾ ਲੈ ਕੇ ਚੰਗੇ ਕੰਮ ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਹੈ ਅਤੇ ਇਹੀ ਪਰਮਾਤਮਾ ਅੱਗੇ ਅਰਦਾਸ ਹੈ ਜਿਹੜੀ ਕੀਤੀ ਹੈ। ਕਿਉਂਕਿ ਪਹਿਲਾਂ ਵੀ ਮੈਂ ਦੋ ਇਲੈਕਸ਼ਨਾਂ ਲੜੀਆਂ ਅਤੇ ਪਰਮਾਤਮਾ ਨੇ ਸਫਲਤਾ ਜਿਹੜੀ ਬਖਸ਼ੀ ਹੈ, ਲੋਕਾਂ ਨੇ ਜਿਹੜਾ ਸਾਥ ਆ ਦਿੱਤਾ ਅਤੇ ਹਮੇਸ਼ਾ ਆਪਣੇ ਵੱਲੋਂ ਇਮਾਨਦਾਰੀ ਨਾਲ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਇਹੀ ਅਰਦਾਸ ਕੀਤੀ ਹੈ ਕਿ ਪਰਮਾਤਮਾ ਹਿੰਮਤ ਬਖਸ਼ੇ, ਬਲ ਬਖਸ਼ੇ, ਤਾਕਤ ਬਖਸ਼ੇ, ਲੋਕਾਂ ਦਾ ਸਾਥ ਦੇਵੇ ਅਤੇ ਮੈਂ ਆਪਣੀ ਇਮਾਨਦਾਰੀ ਨਾਲ ਬਤੌਰ ਮੈਂਬਰ ਪਾਰਲੀਮੈਂਟ ਸੰਗਰੂਰ ਜਿਹੜੀ ਸੇਵਾ ਉਹ ਨਿਭਾਵਾਂ। ਸੰਗਰੂਰ ਹੌਟ ਸੀਟ ਸੀ ਬਟ ਹੁਣ ਬੀਜੇਪੀ ਤੋਂ ਵੀ ਅਰਵਿੰਦ ਖੰਨਾ ਨੂੰ ਉਤਾਰ ਦਿੱਤਾ ਗਿਆ ਹੁਣ। ਮੈਂ ਕਿਹਾ ਜਿੰਨੀ ਮਰਜ਼ੀ ਹੌਟ ਹੋਵੇ ਪਰ ਸਾਰਿਆਂ ਨੂੰ ਠੰਡੇ ਕਰਕੇ ਤੋਰਾਂਗੇ। ਬੀਜੇਪੀ ਦਾ ਕਿਸਾਨ ਵਿਰੋਧ ਕਰ ਰਹੇ। ਦੇਖੋ ਚਲੋ ਜੋ ਬੀਜੇਪੀ ਨੇ ਬੀਜਿਆ ਪਿਛਲੇ ਸਮੇਂ 'ਚ ਉਹ ਬੀਜੇਪੀ ਵੱਢ ਰਹੀ ਹੈ। ਸੈਂਕੜੇ ਕਿਸਾਨਾਂ ਦੀ ਮੌਤ ਜਿਹੜੀ ਹੈ ਪਿਛਲੇ ਸਮੇਂ 'ਚ ਕਿਸਾਨ ਸੰਘਰਸ਼ ਦੌਰਾਨ ਹੋਈ ਅਤੇ ਬੀਜੇਪੀ ਵਾਅਦੇ ਕਰਕੇ ਮੁੱਕਰ ਗਈ। ਉਦੋਂ ਬਾਅਦ ਵੀ ਸਾਡਾ ਇੱਕ ਜਿਹੜਾ ਨੌਜਵਾਨ ਹੈ ਇੱਥੇ ਸ਼ਹੀਦ ਹੈ ਜਿਹੜਾ ਉਹ ਕਰ ਦਿੱਤਾ ਗਿਆ ਅਤੇ ਸਾਡੇ ਕਿਸਾਨਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਵੀ, ਆਪਣੇ ਹੱਕ ਮੰਗਣ ਲਈ ਵੀ ਜਿਹੜਾ ਦਿੱਲੀ ਨੂੰ ਜਾਣ ਦਿੱਤਾ ਗਿਆ, ਜਿਹਦੇ ਕਰਕੇ ਅੱਜ ਪੰਜਾਬ ਦੇ ਜਿਹੜੇ ਕਿਸਾਨ ਨੇ ਭਾਈ ਉਹ ਆਪਣੇ ਹੱਕਾਂ ਦੀ ਲੜ ਰਹੇ ਆ। ਢੀਂਡਸਾ ਪਰਿਵਾਰ ਹੁਣ ਤੱਕ ਚੁੱਪ ਆ, ਢੀਂਡਸਾ ਪਰਿਵਾਰ ਹੁਣ ਤੱਕ ਚੁੱਪ ਆ, ਮੈਡਮ ਜੀ ਤੁਹਾਡੇ ਨਾਲ ਨੇ, ਤੁਹਾਡੀ ਰਿਸ਼ਤੇਦਾਰੀ ਪੈਂਦੀ ਆ, ਹੋਈ ਕੋਈ ਗੱਲਬਾਤ ਖਾਸ? ਦੇਖੋ ਜਿਹੜੀ ਪਰਿਵਾਰਕ ਉਹ ਅਲੱਗ ਹੈ, ਸਿਆਸੀ ਜਿਹੜੀ ਉਹ ਅਲੱਗ ਹੈ, ਬਟ ਢੀਂਡਸਾ ਸਾਹਿਬ ਸ਼ਰੀਫ ਆਦਮੀ ਹੈ ਤਾਂ ਹੈ ਹੀ ਹੈ ਵੀ ਭਾਈ ਜਿਹੜੀ ਜਾਤੀ ਉਹਨਾਂ ਦੇ ਨਾਲ ਬਾਦਲ ਪਰਿਵਾਰ ਨੇ ਜਿਹੜੀ ਬਹੁਤ ਵੱਡੀ ਕੀਤੀ ਹੈ, ਇਹਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਆਪਦੀ ਕ੍ਰੈਡੀਬਿਲਟੀ ਉਹ ਲੂਜ਼ ਕੀਤੀ ਹੈ। ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਬੰਦਾ ਜਿਹੜਾ ਅੱਜ ਤੋਂ ਬਾਅਦ ਸੁਖਬੀਰ ਸਿੰਘ ਬਾਦਲ 'ਤੇ ਜਿਹੜਾ ਯਕੀਨ ਹੈ ਉਹ ਕਰੂਗਾ। ਜਿਹੜਾ ਅਕਾਲੀ ਦਲ ਦਿਨੋਂ ਦਿਨ ਨੀਚੇ ਗਿਰਦਾ ਜਾਂਦਾ ਸੀ ਉਹ ਬਿਲਕੁਲ ਸਿਫਰ 'ਤੇ ਜਿਹੜਾ ਉਹ ਜਾ ਚੁੱਕਿਆ। ਬਾਕੀ ਮੈਂ ਤਾਂ ਭਾਈ ਸਾਰਿਆਂ ਨੂੰ ਹੀ, ਜਿੰਨੇ ਸੰਗਰੂਰ ਦੇ ਚਾਹੇ ਅਕਾਲੀ ਦਲ ਦੇ ਵਰਕਰ ਨੇ, ਚਾਹੇ ਕਾਂਗਰਸ ਦੇ ਚਾਹੇ ਲੀਡਰ ਨੇ, ਮੈਂ ਤਾਂ ਸਾਰਿਆਂ ਨੂੰ ਕਹਿਣਾ ਵੀ ਭਾਈ ਮੈਂ ਇਕੱਲਾ ਜਿਹੜਾ ਸੰਗਰੂਰ ਦਾ ਮੁੰਡਾ ਜਿਹੜਾ ਲੜਾਈ ਆ ਉਹ ਲੜ ਰਿਹਾ, ਸਾਰੇ ਮੇਰਾ ਸੰਗਰੂਰ ਦੀ ਡਿਵੈਲਪਮੈਂਟ ਲਈ, ਸੰਗਰੂਰ ਦੀ ਤਰੱਕੀ ਲਈ ਜਿਹੜਾ ਉਹ ਸਾਥ ਦਿਓ। ਨਹੀਂ ਦੇਖੋ ਮੇਰੀ ਇਸ ਮੁੱਦੇ ਨੂੰ ਲੈ ਕੇ ਕਦੇ ਕੋਈ ਗੱਲਬਾਤ ਨਹੀਂ। ਕੇਜਰੀਵਾਲ ਸਾਹਿਬ ਦੀ ਕੋਈ ਰੈਲੀ ਹੋਊਗੀ ਜੀ? ਪੂਰੀ ਗੱਜ ਬੱਜ ਕੇ ਕਰਾਂਗੇ। ਦੇਖਿਓ ਕਿਉਂਕਿ ਸੰਗਰੂਰ ਦੇ ਲੋਕ, ਬਰਨਾਲਾ, ਮਲੇਰਕੋਟਲਾ ਦੇ ਲੋਕ, ਪੰਜਾਬ ਦੇ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਜਿਹਨੂੰ ਉਹ ਪਿਆਰ ਕਰਦੇ ਨੇ ਨੇਤਾ ਨੂੰ ਅਰਵਿੰਦ ਕੇਜਰੀਵਾਲ ਜੀ ਪੰਜਾਬ ਆਉਣ, ਤੇ ਕਦੋਂ ਉਹਨਾਂ ਨੂੰ ਦੇਖਣ ਤੇ ਕਦੋਂ ਉਹਨਾਂ ਨੂੰ ਸੁਣ ਕੇਜਰੀਵਾਲ ਜੀ ਪੰਜਾਬ ਆਉਣ। ਮੁੱਦੇ ਲੈ ਕੇ ਜਾ ਰਹੇ
ਦੇਖੋ ਅਸੀਂ ਜੋ 2 ਸਾਲ 'ਚ ਡਿਵੈਲਪਮੈਂਟ ਦੇ ਕੰਮ ਕੀਤੇ ਆ ਉਹ ਮੁੱਦੇ ਵੀ ਜਿਹੜੇ ਆ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ। ਅਸੀਂ ਤਾਂ ਕਹਿ ਰਹੇ ਹਾਂ ਵੀ ਭਾਈ ਤੱਕੜੀ 'ਚ ਤੋਲ ਕੇ ਦੇਖ ਲਓ 2.5 ਸਾਲਾਂ ਨੂੰ ਅਤੇ ਦੂਜੀਆਂ ਸਰਕਾਰਾਂ ਦੇ ਭਾਈ ਜਿੰਨੀਆਂ ਰਹੀਆਂ ਉਹਨਾਂ ਨੇ ਪਹਿਲੇ 2-2 ਸਾਲ 'ਚ ਕੀ ਕੀਤਾ ਅਤੇ ਸਾਡੇ ਇਸੇ ਸਾਲ ਦੇ 2 ਸਾਲ ਕਿਉਂਕਿ ਸਾਡੀ ਤਾਂ ਪਹਿਲੀ ਵਾਰ ਸਰਕਾਰ ਬਣੀ ਆ ਨਾ 75 ਸਾਲਾਂ 'ਚ ਜਿੰਨੇ ਕੰਮ ਸਰਕਾਰਾਂ ਨੇ ਆਪਦੇ ਪਹਿਲੇ 2-2 ਸਾਲ 'ਚ ਕੀਤੇ ਆ ਸਾਡੇ ਇਕੱਲਿਆਂ ਦੇ 2 ਸਾਲ ਸਾਰਿਆਂ 'ਚ ਜਿਹੜੇ ਆ ਉਹ ਭਾਰੂ ਰਹਿਣਗੇ। ਇਕੱਲੀਆਂ ਮੈਂ ਨੌਕਰੀਆਂ ਦੀ ਗੱਲ ਕਰਾਂ ਅਸੀਂ 43,000 ਦਿੱਤੀ ਹੈ। ਇਹ ਚੈਲੰਜ ਆ 77 ਸਾਲ 'ਚ ਪਹਿਲੇ 2 ਸਾਲਾਂ 'ਚ ਕਿਸੇ ਵੀ ਸਰਕਾਰ ਨੇ ਇੰਨੀ ਨੌਕਰੀ ਜਿਹੜੀ ਹੈ ਉਹ ਦਿੱਤੀ ਹੋਵੇ। ਅਸੀਂ ਰੈਵਨਿਊ 14% ਤੇ ਲੈ ਗਏ, ਕਿਸੇ ਸਰਕਾਰ 'ਚ ਪਹਿਲੇ 2 ਸਾਲਾਂ 'ਚ ਰੈਵਨਿਊ 14% ਦੇ ਹਿਸਾਬ ਨਾਲ ਵਧਿਆ ਹੋਵੇ। ਇਹਨਾਂ ਦੇ ਕਦੇ 7 ਨਹੀਂ ਸੀ ਟੱਪਦਾ। ਕੇਜਰੀਵਾਲ ਦੀ ਭੈਣ ਸਿੱਪੀ ਸ਼ਰਮਾ ਵੀ ਇੱਥੋਂ ਕਾਗਜ਼ ਭਰ ਦੇ। ਦੇਖੋ ਡੈਮੋਕ੍ਰੇਸੀ ਹੈ, ਕੋਈ ਵੀ ਜਿਹੜਾ ਕਿਤੋਂ ਵੀ ਲੜ ਸਕਦਾ। ਵੋਟਾਂ ਸੰਗਰੂਰ ਦੇ ਲੋਕਾਂ ਨੇ ਪਾਉਣੀਆਂ, ਅਸੀਂ ਆਪਣਾ ਏਜੰਡਾ ਜਿਹੜਾ ਉਹ ਲੈ ਕੇ ਜਾਣਾ। ਕੇਜਰੀਵਾਲ ਆਏ ਸੀ, ਟੈਂਕੀ ਤੋਂ ਉਤਾਰੀ ਸੀ, ਉਹ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਜੌਬ ਦਵਾਂਗੇ ਕਿਉਂਕਿ ਮੈਨੂੰ ਨੌਕਰੀ ਨਹੀਂ ਮਿਲੀ, ਉਲਟਾ ਸਾਡੀ ਅਸੀਂ ਤਾਂ 47,000 ਲੋਕਾਂ ਨੂੰ ਜਿਹੜੀ ਨੌਕਰੀ ਆ ਉਹ ਦੇ ਚੁੱਕੇ ਹਾਂ। ਬਾਕੀ ਬਹੁਤੇ ਮਸਲੇ ਜਿਹੜੇ ਕੋਰਟ ਦੇ ਵਿੱਚ ਜਿਹੜੇ ਉਹ ਅਟਕੇ ਹੋਏ ਆ, ਜਿਹੜੇ ਸਾਡੇ ਲੈਵਲ ਤੇ ਹੱਲ ਹੋਣ ਵਾਲੇ ਸੀ ਸਰਕਾਰ ਲੈਵਲ ਤੇ, ਉਹ ਸਾਰੇ ਜਿਹੜੇ ਉਹ ਕੀਤੇ ਆ। ਹੁਣ ਕਈ ਮਸਲਿਆਂ 'ਚ ਕੋਰਟ ਹੀ ਨੇ ਜਿਹੜੀ ਉੱਥੋਂ ਜਿਹੜੀ ਆ ਰਾਹਤ ਮਿਲ ਰਹੀ ਹੈ, ਅਸੀਂ ਤਾਂ ਕੋਰਟ ਜਾ ਕੇ ਵੀ ਸਾਡੇ ਵਕੀਲ ਉੱਥੇ ਖੜਦੇ ਆ ਵੀ ਭਾਈ ਜਿਹੜਾ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ। ਮੈਨੂੰ ਦੱਸੋ ਜਦੋਂ ਅਸੀਂ 43,000 ਨੌਕਰੀ ਦੇ ਸਕਦੇ ਹਾਂ ਉਹ ਕਿਹੜਾ ਜੀ ਕਿਤੇ ਪੱਖਪਾਤ ਨਾਲ ਦਿੱਤੀ ਹੈ? ਮੈਰਿਟ ਦੇ ਆਧਾਰ ਤੇ ਮਿਲੀ ਹੈ, ਬਿਨਾਂ ਸਿਫਾਰਿਸ਼ ਬਿਨਾਂ ਪੈਸ ਤੋਂ। ਸਾਡੀ ਕਿਹੜਾ ਕਿਸੇ ਵੀ ਜਥੇਬੰਦੀ ਨਾਲ ਕੋਈ ਦੁਸ਼ਮਣੀ ਆ ਵੀ ਭਾਈ ਅਸੀਂ ਉਹਨਾਂ ਨੂੰ ਦੇਣਾ ਚਾਹੁੰਦੇ ਕਿਸੇ ਹੋਰ ਦੇਣਾ ਚਾਹੁੰਦੇ ਹਾਂ? ਸਾਨੂੰ ਤਾਂ ਇਹ ਆ ਵੀ ਜਿੰਨੇ ਅੜੇ ਹੋਏ ਮਸਲੇ ਆ ਸਾਰੇ ਨਜਿੱਠੇ ਜਾਣ, ਸਾਰੇ ਸਿਰੇ ਚੜ੍ਹਨ। ਕੁਝ ਜਿਹੜੀਆਂ ਇਦਾਂ ਦੀਆਂ ਕਹਿ ਲਓ ਮਜਬੂਰੀਆਂ ਬਣ ਜਾਂਦੀਆਂ ਵੀ ਜਿਹਦੇ ਕੋਰਟ ਕਰਕੇ ਵੀ ਜਿਹੜੇ ਸਿਰੇ ਨੂੰ ਚੜ੍ਹ ਸਕਦੇ ਹੋ ਗਿਆ। ਅਸੀਂ ਆਪਣੇ ਵੱਲੋਂ ਪ੍ਰਪੋਜ਼ਲ ਬਣਾ ਕੇ ਕੇਂਦਰ ਨੂੰ ਭੇਜ ਦਿੱਤਾ। ਉਹ ਮਸਲਾ ਜਿਹੜਾ ਉਹ ਤਾਂ ਕਹਿੰਦੇ ਪੰਜਾਬ ਸਰਕਾਰ ਦਾ ਕੰਮ ਹੈ, ਮਿਲ ਕੇ ਅਸੀਂ ਜੋ ਠੇਕੇਦਾਰ ਸਿਸਟਮ ਬਾਹਰ ਨਹੀਂ, ਜੋ ਸਾਡੇ ਲੈਵਲ ਤੇ ਸੀ ਉਹ ਅਸੀਂ ਕਰ ਚੁੱਕੇ ਹਾਂ। ਸਾਡੀ ਉਹਨਾਂ ਦੇ ਨਾਲ ਗੱਲ ਵੀ ਹੋ ਰਹੀ ਹੈ ਤੇ ਉਹਨਾਂ ਦੀ ਬਹੁਤ ਸਹਿਮਤੀ ਵੀ ਹੈ। ਸਰ ਇੱਕ ਕੁਐਸਚਨ ਸਰ ਰੱਖਣੀ ਹੈ, ਅਸੀਂ ਆਪਣੀ ਗੱਲ ਰੱਖਣੀ ਹੈ, ਅਸੀਂ ਧਰਮ ਨਿਰਪੱਖ, ਸਾਡੀ ਜਿਹੜੀ ਉਹ ਪਾਰਟੀ ਹੈ ਡਿਵੈਲਪਮੈਂਟ ਦੇ ਏਜੰਡੇ ਤੇ ਗੱਲ ਕਰਨ ਵਾਲੀ ਜਿਹੜੀ ਸਾਡੀ ਪਾਰਟੀ ਹੈ, ਤੇ ਅਸੀਂ ਸ਼ਹੀਦ ਭਗਤ ਸਿੰਘ ਅੰਬੇਦਕਰ ਜੀ ਦੀ ਸੋਚ ਤੇ ਪਹਿਰਾ ਦੇਣ ਵਾਲੀ ਸਾਡੀ ਪਾਰਟੀ ਹੈ। ਸੋ ਅਸੀਂ ਤਾਂ ਭਾਈ ਨਾ ਕੋਈ ਲੋਕਾਂ ਨੂੰ ਵੰਡਣ ਵਾਲੀ ਗੱਲ ਕਰਨੀ ਹੈ, ਨਾ ਲੋਕਾਂ ਨੂੰ ਭੜਕਾਉਣ ਵਾਲੀ ਗੱਲ ਕਰਨੀ ਹੈ, ਨਾ ਲੋਕਾਂ ਨੂੰ ਜਾਤਾਂ ਪਾਤਾਂ ਤੇ ਲੜਾਉਣ ਵਾਲੀ ਜਿਹੜੀ ਵੰਡ ਗੱਲ ਕਰਨੀ ਹੈ। ਇਹ ਪੰਜਾਬ ਉਹ ਧਰਤੀ ਹੈ, ਸਾਰੇ ਦੇਸ਼ 'ਚ ਲੋਕ ਵੰਡੇ ਜਾ ਸਕਦੇ ਆ, ਪਰ ਪੰਜਾਬ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਹੈ ਇਹਨੂੰ ਬੜੇ ਲੋਕਾਂ ਨੇ ਕੋਸ਼ਿਸ਼ ਕੀਤੀ ਹੈ, ਪਰ ਇੱਥੇ ਲੋਕਾਂ ਦੇ ਵਿੱਚ ਜਿਹੜੀ ਫਿੱਕ ਹੈ ਉਹ ਕਦੇ ਨਹੀਂ ਪੈ ਸਕਦੀ। ਇਸ ਵਾਰ ਫਿਰ ਜਿਹੜੇ ਸੰਗਰੂਰ ਦੇ ਲੋਕ ਹੈ ਉਹ ਭਾਈਚਾਰਕ ਸਾਂਝ ਦੀ ਜਿਹੜੀ ਚੋਣਾਂ ਦੇ ਰਾਹੀਂ ਜਿਹੜਾ ਸੰਕੇਤ ਆ ਵੱਡਾ ਮੈਸੇਜ ਆ ਉਹ ਦੇਣਗੇ। ਅਸੀਂ ਜੀ ਕਹਿੰਦੇ ਅਸੀਂ ਜਿਹੜੇ ਕੰਮ ਲਈ ਆਏ ਹਾਂ ਮਕਸਦ ਲਈ ਉਹ ਸਾਡਾ ਵਾਹਿਗੁਰੂ ਪੂਰਾ ਕਰੂਗਾ, ਸਾਡਾ ਬੇਟਾ MP ਬਣ ਕੇ ਨਿਕਲੂਗਾ ਇੱਥੋਂ। ਸਾਰੇ ਪਿੰਡ ਸਾਰੇ ਸ਼ਹਿਰ ਵੱਡੀ ਲੀਡ ਲੈ ਕੇ ਜਾਵਾਂਗੇ, ਤੁਸੀਂ 4 ਤਰੀਕ ਨੂੰ ਪੁੱਛ ਲਓ ਆ ਕੇ। ਮੈਂ ਉਸ ਗੱਲ ਦੇ ਨਾਲ ਬਹੁਤ ਕਲਪਦੀ ਆ ਮੈਂ ਕਹਿੰਦੀ ਮੈਨੂੰ ਦੱਸਿਆ ਨਾ ਕਰੋ ਵੀ ਖਾਧੀ ਨੀ ਘਰੇ ਬਹੁਤ ਭੀੜ ਹੁੰਦੀ ਹੈ, ਪਰ ਆਈਆਂ ਵੀ ਜੇ ਮਹੀਨਾ ਵੀ ਔਖਾ ਵੀ ਹੋਊਗਾ ਪਰ ਉਹਦਾ ਕੰਮ ਕਰਨ ਦਾ ਜਨੂੰਨ ਹੀ ਇੰਨਾ ਉਹਦੇ ਚ, ਪੂਰਾ ਹੀ ਸਾਥ ਦੇ ਰਿਹਾ ਉਹਦੇ ਸਹੁਰੇ ਉਹਦੇ ਦਾਦਕੇ ਉਹਦੇ ਨਾਨਕੇ ਸਾਰੇ ਇੱਥੇ ਨਾਨਕਾ ਪਰਿਵਾਰ ਆ ਦਾਦਕਾ ਏਰੀਆ ਸਾਰਾ ਏਰੀਆ ਬਰਨਾਲਾ ਨਾਨਕਾ ਸਾਰਾ ਇਹਨਾਂ ਦਾ ਰਿਸ਼ਤਾ ਹੈ।
ਬਹੁਤ ਪਿਆਰਾ ਰਿਸ਼ਤਾ ਹੈ ਜੀ ਆਪਣਾ ਕੀ ਕਹਿੰਦੇ ਨੇ, ਮੈਂ ਤਾਂ ਇਨਸਾਨੀਅਤ ਨੂੰ ਹਮੇਸ਼ਾ ਤਰਜੀਹ ਦਿੰਦਾ ਹੁੰਦਾ ਜੀ। ਜਦੋਂ ਪਹਿਲੀ ਵਾਰੀ ਮੀਤ ਬਾਈ ਜੀ ਨੂੰ ਮੈਂ ਮਿਲਿਆ ਸੀ, ਮੈਨੂੰ ਇੱਕ ਬਹੁਤ ਚੰਗਾ ਇਨਸਾਨ, ਇੱਕ ਚੰਗਾ ਦੋਸਤ ਉਹਨਾਂ ਦੇ ਵਿੱਚ ਮਿਲਿਆ। ਸੋ ਅੱਜ ਬਹੁਤ ਵੱਡਾ ਦਿਨ ਹੈਗਾ ਜੀ, ਕਿਉਂਕਿ ਉਹ ਹਮੇਸ਼ਾ ਆਪਣੇ ਲੋਕਾਂ ਦੇ ਲਈ ਖੜੇ ਨੇ, ਉਹਨਾਂ ਦੇ ਹੱਕ ਦੇ ਲਈ, ਜਿਹੜੇ ਵਿਕਾਸ ਕੀਤੇ ਨੇ। ਅੱਜ ਉਹਨਾਂ ਦਾ ਨਾਮਜ਼ਦਗੀ ਪੱਤਰ ਉਹਨਾਂ ਨੇ ਦਾਖਲ ਕਰਨਾ ਸੀਗਾ, ਤਾਂ ਇਸ ਕਰਕੇ ਬਾਈ ਜੀ ਨੂੰ ਬੈਸਟ ਵਿਸ਼ਸ ਦੇਣ ਲਈ ਉਹਨਾਂ ਦੀ ਸਪੋਰਟ ਲਈ ਇੱਥੇ ਆ ਗਏ। ਜਦੋਂ ਕੋਈ ਕਲਾਕਾਰ ਕਹਿੰਦੇ ਇੱਕ ਪਾਰਟੀ ਦੇ ਸਮਰਥਨ ਦੇ ਚ ਆ ਜਾਂਦਾ, ਦੂਜੀਆਂ ਪਾਰਟੀਆਂ ਵਿਰੋਧ ਕਰਨ ਲੱਗ ਜਾਂਦੀਆਂ ਨੇ। ਮੇਰੇ ਸਾਰੇ ਪਾਸੇ ਦੋਸਤ ਹੈ ਜੀ, ਮੈਂ ਕਦੇ ਕੋਈ ਰਾਜਨੀਤੀ ਨਾ ਕਦੇ ਸੋਚ ਰੱਖੀ ਹੈ ਜੀ। ਮੈਨੂੰ ਇਹ ਹੈ ਵੀ ਜਿਹੜੇ, ਕਿਉਂਕਿ ਜਿੰਨਾ ਕੁ ਮੈਂ ਬਾਈ ਜੀ ਹੋਰਾਂ ਨੂੰ ਜਾਣਿਆ, ਜਾਂ ਜੇ ਕੋਈ ਹੋਰ ਪਾਰਟੀ ਦੇ ਵੀ ਬੰਦੇ ਹੁੰਦੇ ਨੇ, ਜਿਹੜੇ ਬੰਦਾ ਇਨਸਾਨ ਹੈ ਜੀ, ਮੈਂ ਉਹਦੇ ਨਾਲ ਹਮੇਸ਼ਾ ਹੁੰਦਾ। ਮੈਂ ਪਾਰਟੀ ਨਹੀਂ ਦੇਖਦਾ ਵੀ ਕਿਹੜੀ ਪਾਰਟੀ ਨਾਲ ਹੈ, ਤੇ ਬਾਈ ਜੀ ਨੇ ਵਾਕਈ ਬਹੁਤ ਵਿਕਾਸ ਵਾਲੀ ਗੱਲ ਕੀਤੀ ਹੈਗੀ ਹੈ। ਹਾਂਜੀ, ਪ੍ਰਚਾਰ ਕਰਨ ਜਾਓਗੇ? ਪ੍ਰਚਾਰ ਦਾ ਤਾਂ ਜੀ ਕੋਈ ਏਦਾਂ ਹੈ ਨਹੀਂ, ਸਾਰੇ ਉਹਨਾਂ ਤੋਂ ਪਹਿਲੇ ਆਲਰੇਡੀ ਸਪੋਰਟ ਹੈ ਜੀ। ਮੈਨੂੰ ਲੱਗਦਾ ਕਿਸੇ ਨੂੰ ਸਪੋਰਟ ਕਰਨ ਦੀ ਜ਼ਰੂਰਤ ਹੈ ਨਹੀਂ ਗੀ, ਕਿਉਂਕਿ ਸਾਰੇ ਅੱਜ ਦੇ ਆਪਣੇ ਨਾਗਰਿਕ ਸਮਝਦਾਰ ਹੈਗੇ ਨੇ ਜੀ। ਸਰਕਾਰ ਆਈ ਨੂੰ ਕਾਫੀ ਟਾਈਮ ਹੋ ਗਿਆ, ਲੋਕਾਂ ਨੇ ਕੰਮ ਦੇਖ ਲਏ, ਤਾਂ ਜਿੱਥੇ ਉਹਨਾਂ ਨੂੰ ਲੱਗੂਗਾ, ਤੇ ਮੈਨੂੰ ਲੱਗਦਾ ਵਿਕਾਸ ਹੋਇਆ ਜੀ, ਤਾਂ ਡੈਫੀਨੇਟ ਆਮ ਪਾਰਟੀ ਨੂੰ ਲੋਕ ਪਸੰਦ ਕਰ ਰਹੇ ਨੇ, ਉਹਨਾਂ ਨੂੰ ਵੋਟਾਂ ਦੇਣਗੇ। ਮੀਤ ਬਾਈ ਜੀ ਪਰਸਨਲੀ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਇੰਨਾ ਭਾਈਆਂ ਵਾਂਗੂ ਵਿਚਰਦੇ ਨੇ, ਕਦੇ ਲੱਗੇ ਨਹੀਂ ਵੀ ਕੋਈ ਰਾਜਨੇਤਾ ਹੈਗਾ, ਕਿਉਂਕਿ ਮੈਂ ਜਿੰਨਾ ਕੁ ਪਰਸਨਲੀ ਉਹਨਾਂ ਦੇ ਨਾਲ ਗੁਜ਼ਰਿਆ, ਉਹ ਜਾਂਦੇ ਜਾਂਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦੇ ਜਾ ਰਹੇ ਸੀ। ਮੈਂ ਪਹਿਲੀ ਵਾਰੀ ਇੱਦਾਂ ਦਾ ਮਤਲਬ ਵੀ ਤਜਰਬਾ ਲਿਆ ਜ਼ਿੰਦਗੀ ਦੇ ਵਿੱਚ। ਚੰਗਾ ਲੱਗਿਆ ਵੀ ਜੇ ਇੱਦਾਂ ਲੋਕਾਂ ਦੀਆਂ ਪ੍ਰੋਬਲਮਸ ਸੋਲਵ ਹੋ ਜਾਂਦੀਆਂ ਨੇ, ਤਾਂ ਸਾਨੂੰ ਇੱਦਾਂ ਦੇ ਹੀ ਨੇਤਾਵਾਂ ਦੀ ਲੋੜ ਹੈ ਜੀ।